ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਬੜੇ ਹੀ ਧੂਮਧਾਮ ਅਤੇ ਸ਼ਰਧਾ ਨਾਲ ਕੱਢੀ ਗਈ। ਭਗਵਾਨ ਵਾਲਮੀਕ ਮੰਦਰ ਦਕੋਹਾ ਰਾਮਾ ਮੰਡੀ ਤੋਂ ਸ਼ੁਰੂ ਕੀਤੀ ਗਈ ਸੀ। ਕਮੇਟੀ ਦੇ ਮੁੱਖ ਪ੍ਰਧਾਨ ਸ੍ਰੀ ਨਮਿੰਦਰ ਕੇਸਰ ਅਤੇ ਜਿੰਦਰ ਕੇਸਰ ਜੀ ਹਨ। ਉੱਥੇ ਹੀ MLA ਰਮਨ ਅਰੋੜਾ, ਰਾਜਿੰਦਰ ਬੇਰੀ ਜੀ, ਰਿੱਕੀ ਬੈਂਸ ਜੀ ਅਤੇ ਕਈ ਵੱਡੀ ਨਾਮੀ ਹਸਤੀਆਂ ਨੇ ਭਗਵਾਨ ਵਾਲਮੀਕ ਜੀ ਦੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ। ਲਾਈਵ ਪੰਜਾਬ ਨਿਊਜ਼ ਤੋਂ ਜਲੰਧਰ ਤੋਂ ਮਾਹੀ ਬੇਨਾ ਦੀ ਖਾਸ ਰਿਪੋਰਟ। Thank you.
ਹਰ ਹਰ ਵਾਲਮੀਕੀ ਸਾਰੇ ਭਰਾਵਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਉਤਸਵ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਅਮਰੀਕੀ ਬਹਿਸ ਹਿੰਦ ਭਾਈ ਵੱਲੋਂ, ਪੂਰੇ ਸਮਾਜ ਵੱਲੋਂ, ਪਰ ਭਗਵਾਨ ਵਾਲਮੀਕੀ ਪ੍ਰਤੀ ਲੱਖ ਲੱਖ ਵਧਾਈ ਹੈ। ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਅੱਜ ਗੋਹਾ ਵਾਲਮੀਕੀ ਮੰਦਿਰ ਤੋਂ ਸ਼ੋਭਾ ਯਾਤਰਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਜਾਈ ਜਾ ਰਹੀ ਹੈ, ਜਿਸ ਵਿੱਚ ਹਰ ਵਰਗ, ਹਰ ਭਾਈਚਾਰੇ ਤੋਂ ਜਿਹੜੇ ਲੋਕ ਸ਼ਾਮਿਲ ਹੋ ਰਹੇ ਨੇ। ਬੜਾ ਉਤਸ਼ਾਹ ਹੈ ਸਾਰਿਆਂ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਲਈ। ਤੁਸੀਂ ਦੇਖਿਆ ਹੋਣਾ ਥਾਂ ਥਾਂ ਸਟੇਜਾਂ ਲੱਗੀਆਂ ਨੇ, ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ। ਇੱਕ ਬਹੁਤ ਹੀ ਜਿਹੜਾ ਆਪਸ ਵਿੱਚ ਜਿਹੜਾ ਪਿਆਰ ਹੈ, ਇੱਕ ਭਾਈਚਾਰਾ ਆ, ਉਹ ਦੇਖਣ ਨੂੰ ਮਿਲ ਰਿਹਾ ਹੈ। ਔਰ ਮੈਂ ਖਾਸ ਕਰਕੇ ਆਪਣੇ ਨੌਜਵਾਨ ਵੀਰਾਂ ਨੂੰ ਔਰ ਪ੍ਰਬੰਧਕ ਕਮੇਟੀ ਨੂੰ ਮੇਰਾ ਧੰਨਵਾਦ ਵੀ ਕਰਨਾ ਹੈ, ਜਿਨ੍ਹਾਂ ਨੇ ਇਸ ਮੌਕੇ 'ਤੇ, ਜਿਹੜਾ ਕਿ ਮਕਸਦ ਹੀ ਇਹ ਹੁੰਦਾ, ਇਹ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ, ਇਹਨਾਂ ਦਾ ਮਕਸਦ ਹੀ ਇਹ ਆ ਕਿ ਹਰ ਵਰਗ ਨੂੰ ਬੁਲਾਇਆ ਜਾਵੇ, ਤਾਂ ਕਿ ਅਸੀਂ ਸਾਰੇ ਆਪਸ ਵਿੱਚ ਇਕੱਠੇ ਹੋਈਏ, ਜਿਹੜਾ ਆਪਸੀ ਭਾਈਚਾਰਾ ਉਹ ਵਧੇ, ਇਸ ਨਗਰ ਵਿੱਚ ਪਿਆਰ ਇਤਫਾਕ ਬਣਿਆ ਰਹੇ ਔਰ ਅਮਨ ਸ਼ਾਂਤੀ ਬਣੀ ਰਹੇ, ਇਹ ਇੱਕ ਮੈਸੇਜ ਜਾਵੇ। ਔਰ ਉਹ ਇਹਨਾਂ ਨੇ ਇਹ ਕੀਤਾ ਹੈ, ਸੋ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਹੈ, ਸਾਰੀਆਂ ਸੰਗਤਾਂ ਨੂੰ ਵੀ ਵਧਾਈ ਦਿੰਦਾ ਹੈ ਕਿ ਆਪਾਂ ਸਾਰਿਆਂ ਨੇ ਹੁਣ ਰਲ ਮਿਲ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣਾ ਹੈ ਔਰ ਆਪਣੀ ਹਾਜ਼ਰੀ ਲਵਾਉਣੀ ਹੈ ਔਰ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਖੁਸ਼ੀਆਂ ਪ੍ਰਾਪਤ ਕਰਨੀ।